दसंबर की तरीक नेड़े आती जा रही है, उदा उदा जेडे इश्क है पंच सरपंच बनन दे उन्होंने अपना अपना मूड बनाना शुरू कर दिता। मोहल्लिया के ठोलिया के उन्होंने जेडे सपोर्टर है उन्होंने भी कहना शुरू कर दिता ऐतकी तू बन पई भी किसी के कहे कहाए बनना वो तुहाडी अपनी मर्जी है वैसे ना, पर ज्ञान जे हो ज्यादा वधिया ताकि पिंड का विकास सोहना हो। कहना चाहोगे कि सरपंच की जिम्मेवारी की होंगी है, पंच की जिम्मेवारी पंचायत की जिम्मेवारी की होंगी है, किवें आमदन दे विच वाधा किया जा सकता पंचायत की, उहदे लई की जिम्मेवारियां होंदियां पंचायत दीआं। कंछी टीवी देख रहे दर्शकों का स्वागत है जी, कानूनी जानकारी लैके अज फिर हाजिर हाँ। कंछी टीवी के स्टूडियो दे विच एडवोकेट कृपाल सिंह जी पाली मौजूद रहे, बहुत सारी आपां जानकारी लवांगे, पहला करिए स्वागत। वेलकम जी, जी आया नूं कंछी टीवी दे स्टूडियो विच पाली साहब। गुड़ा साहब तुहाडा बहुत बहुत धन्नवाद ते कंछी टीवी दे सारे स्रोतियां दा बहुत बहुत धन्नवाद जिहड़ा मैनूं हर वार सुणदे आ, अपने अपने कमेंट जां सानूं लाइक करदे ने, मैं उहनां दा बहुत बहुत धन्नवाद। वकील साहब जिवें जिवें इह 2023 दी दसंबर दी तरीक नेड़े आउंदी जा रही है, उदा उदा जिहड़े इश्क हैगे ने पंच सरपंच बनन दे उन्होंने अपना अपना मूड बनाना शुरू कर दिता। मोहल्लिया के ठोलिया के उन्होंने जेडे सपोर्टर है उन्होंने भी कहना शुरू कर दिता ऐतकी तू बन पई ऐतकी तू बन, तो इदा की जी चर्चा चल पी है। तो आप भी ध्यान दे लीए भी किसी के कहे कहाए बनना वो तुहाडी अपनी मर्जी है वैसे ना, पर ज्ञान जे हो ज्यादा वधिया ताकि पिंड का विकास सोहना हो। कहना चाहोगे जी असल जे बनने वाले इच्छुक है अज उन्होंने दिमाग चल जाना चाहिए भी कला पंच सरपंच मोटरसाइकिल गड्डी ते लिखा लेना ही काफी नहीं है, जब कला मुखी कहा लेना ही काफी नहीं है, जिम्मेवारियां भी बहुत सारिया होंदिया ने, ड्यूटीज होंदिया ने जिहदे नाल पिंड का विकास भी करना होंदा, वो बहुत जिम्मेवारियां दे लई अज आपां चर्चा करांगे। वकील साहब की कहना चाहोगे कि सरपंच की जिम्मेवारी की होंदी है, पंच की जिम्मेवारी जां पंचायत की जिम्मेवारी की होंदी है? हाँ जी गुड़ा साहब, जिहड़ा आपां पिछली वारी प्रोग्राम कीता सी ਉਹਦੇ ਵਿੱਚ ਪੰਚਾਇਤ ਕਿੱਦਾਂ ਚੁਣਦੀ ਆ ਜੀ, ਪੰਚਾਇਤ ਦੀ ਟਰਮ ਕੀ ਹੁੰਦੀ ਹੈ ਜੀ, ਪੰਚ ਦੀ ਟਨਿਓਰ ਕੀ ਹੁੰਦੀ ਆ, ਸਰਪੰਚ ਦੀ ਟਰਮ ਕੀ ਹੁੰਦੀ ਆ ਜੀ, ਤੇ ਇੱਕ ਪੰਚ ਦੀਆਂ ਕੀ ਕੀ ਡਿਊਟੀਆਂ ਹੁੰਦੀਆਂ, ਕੀ ਕੀ ਕੰਮ ਹੁੰਦੇ ਆ, ਸਰਪੰਚ ਦੇ ਕੀ ਕੀ ਕੰਮ ਹੁੰਦੇ ਆ, ਇਹ ਆਪਾਂ ਸਾਰਾ ਵੇਰਵਾ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਵਿਸਥਾਰ ਨਾਲ, ਕਿਉਂਕਿ ਜਿਹੜਾ ਸਰਪੰਚ ਦੀ ਜਿਹੜੀਆਂ ਪਾਵਰਾਂ ਆ ਉਹ ਪੰਚਾਇਤੀ ਰਾਜ ਐਕਟ 1994 ਜਿਹੜਾ ਬਣਿਆ ਆ ਜੀ, ਉਹਦੇ ਮੁਤਾਬਕ ਉਹਦੀ ਧਾਰਾ 20 ਦੇ ਵਿੱਚ ਸਭ ਕੁਝ ਵਰਣਨ ਕੀਤਾ ਹੋਇਆ ਜੀ, ਅਸੀਂ ਉਹ ਪਹਿਲਾਂ ਸਾਰੇ ਸਰੋਤਿਆਂ ਨੂੰ ਬਾਖੂਬੀ ਜਾਣਕਾਰੀ ਦੇ ਚੁੱਕੇ ਹਾਂ, ਪਰ ਮੈਂ ਇਹ ਚਾਹੁੰਦਾ ਵੀ ਮੇਰੀ ਜਿਹੜੀ ਇਹ ਜਾਣਕਾਰੀ ਮੈਂ ਦੇ ਰਿਹਾ ਐਸ ਪਰ ਲਾ ਦੇ ਰਹੇ ਹਾਂ, ਅਸੀਂ ਆਪਣੇ ਕੋਲੋਂ ਕੋਈ ਗੱਲ ਨਹੀਂ ਲਾਉਂਦੇ, ਜੋ ਕਾਨੂੰਨ ਦੇ ਵਿੱਚ ਲਿਖਿਆ ਤਕਰੀਬਨ ਉਹੀ ਗੱਲਾਂ ਅਸੀਂ ਲੋਕਾਂ ਨੂੰ ਆਪਣੇ ਸਰੋਤਿਆਂ ਨੂੰ ਦੱਸਦੇ ਹਾਂ। ਹੁਣ ਹਾਲਾਤ ਵੀ ਇਦਾਂ ਦੇ ਆ, ਮੂਹਰੇ ਇਲੈਕਸ਼ਨ ਵੀ ਲੱਗ ਕੇ ਆ ਰਹੀ ਆ ਪੰਚਾਇਤਾਂ ਦੀ, ਕਿਉਂਕਿ ਅਸੀਂ ਚਾਹੁੰਦੇ ਵੀ ਹਰ ਕੋਈ ਵਿਅਕਤੀ ਚਾਹੇ ਉਹ ਪੰਚ ਬਣਨਾ ਚਾਹੁੰਦਾ ਚਾਹੇ ਸਰਪੰਚ ਬਣਨਾ ਚਾਹੁੰਦਾ, ਉਹ ਸਾਡੇ ਜਿਹੜੀ ਇਹ ਅਸੀਂ ਜਾਣਕਾਰੀ ਦਿੰਦੇ ਹਾਂ ਸਾਡੇ ਸਰੋਤਿਆਂ ਨੂੰ ਉਹਦਾ ਫਾਇਦਾ ਜ਼ਰੂਰ ਲੈਣ, ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਜੇ ਮੈਂ ਪੰਚ ਬਣਦਾ ਤਾਂ ਮੇਰੀ ਕੀ ਕੀ ਡਿਊਟੀ ਬਣਦੀ ਆ, ਮੇਰਾ ਕੀ ਕੀ ਕੰਮ ਹੈ, ਮੇਰੇ ਫੰਕਸ਼ਨ ਕੀ ਹੈ। ਇਸੇ ਤਰ੍ਹਾਂ ਸਰਪੰਚ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਮੇਰੇ ਜੇ ਮੈਂ ਸਰਪੰਚ ਬਣ ਗਿਆ, ਇਕੱਲਾ ਮੈਂ ਸਰਪੰਚ ਲਿਖਾਉਣ ਨਾਲ ਸਰਪੰਚ ਨਹੀਂ ਬਣ ਗਿਆ, ਮੇਰੇ ਆਪਣੇ ਕੀ ਫੰਕਸ਼ਨ ਆ, ਔਰ ਮੇਰੀ ਪੰਚਾਇਤ ਜਿਹੜੀ ਮੇਰੀ ਬਣਨੀ ਆ, ਮੇਰੀ ਪੰਚਾਇਤ ਦੇ ਕੀ ਕੀ ਫੰਕਸ਼ਨ ਹੈਗੇ, ਕੀ ਕੀ ਪਾਵਰ ਹੈਗਾ। ਅੱਜ ਅਸੀਂ ਬੜੇ ਵਿਸਥਾਰ ਨਾਲ ਗੱਲ ਕਰਾਂਗੇ ਪੰਚਾਇਤ ਜਿਹੜੀ ਹੈ ਉਹਦੇ ਕੀ ਕੀ ਫੰਕਸ਼ਨ ਨੇ, ਕੀ ਕੀ ਉਹਦੀਆਂ ਪਾਵਰਸ ਹੈਗੀਆਂ, ਕੀ ਕੀ ਉਹਦੀਆਂ ਡਿਊਟੀਜ਼ ਹੈਗੀਆਂ। ਇਹ ਜਿਹੜੀ ਹੈ ਪੰਚਾਇਤ, ਜਿਹੜਾ ਪੰਜਾਬ ਪੰਚਾਇਤੀ ਰਾਜ ਐਕਟ 1994 ਬਣਿਆ, ਉਹਦਾ ਚੈਪਟਰ 3 ਹੈ, ਉਹਦੇ ਵਿੱਚ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਵਰਣਨ ਇਦਾਂ ਦਾ ਕੀਤਾ ਗਿਆ ਹੈਗਾ। ਸੈਕਸ਼ਨ 30 ਹੈ, ਸੈਕਸ਼ਨ 30 ਤੋਂ ਲੈ ਕੇ 43 ਤੱਕ ਪੰਚਾਇਤ ਦੀਆਂ ਜਿਹੜੀਆਂ ਪਾਵਰਸ, ਡਿਊਟੀਜ਼ ਐਂਡ ਫੰਕਸ਼ਨਸ ਦਰਸਾਏ ਗਏ ਨੇ। ਸਾਡੇ ਤੋਂ ਇਲਾਵਾ ਵੀ, ਕਿਉਂਕਿ ਹੋ ਸਕਦਾ ਮੇਰੇ ਕੋਲ ਕੋਈ ਜਾਣਕਾਰੀ ਅਧੂਰੀ ਰਹਿ ਜਾਵੇ, ਕੋਈ ਵੀ ਇੱਛਕ ਜਿਹੜਾ ਪੰਚ ਸਰਪੰਚ ਬਣਨਾ ਚਾਹੁੰਦਾ ਜਾਂ ਜਿਹੜਾ ਬਣਿਆ ਹੋਇਆ, ਉਹ ਪੰਜਾਬ ਪੰਚਾਇਤੀ ਰਾਜ ਐਕਟ ਜਿਹੜਾ ਇੰਗਲਿਸ਼ ਵਿੱਚ ਵੀ ਮਿਲਦਾ, ਪੰਜਾਬੀ ਵਿੱਚ ਵੀ ਮਿਲਦਾ, ਉਹ ਲੈ ਕੇ ਉਹਨੂੰ ਪੜ੍ਹ ਲਵੇ, ਫਿਰ ਉਹਨੂੰ ਪਤਾ ਲੱਗੇਗਾ ਵੀ ਮੈਂ ਜੇ ਪੰਚ ਸਰਪੰਚ ਬਣਦਾ ਮੇਰੀਆਂ ਡਿਊਟੀਆਂ ਕੀ ਕੀ ਬਣਦੀਆਂ। ਜੇ ਮੈਂ ਪੰਚਾਇਤ ਬਣ ਗਏ, ਮੈਂ ਸਰਪੰਚ ਬਣ ਗਿਆ ਜਾਂ ਪੰਚ ਬਣ ਗਿਆ, ਤਾਂ ਜਿਹੜੀ ਮੇਰੀ ਪੰਚਾਇਤ ਬਣੀ ਪੂਰੀ ਪੰਚਾਇਤ ਦੇ ਕੀ ਕੀ ਫੰਕਸ਼ਨ ਹੁੰਦੇ ਆ, ਕਿਉਂਕਿ ਇਹਦੇ ਵਿੱਚ ਡਿਫਰੈਂਸ ਹੈਗਾ, ਪੰਚ ਦੀਆਂ ਸਰਪੰਚ ਦੀਆਂ ਪਾਵਰਾਂ ਫਰਕ ਹੈ, ਪੰਚਾਇਤ ਪੂਰੀ ਦੀਆਂ ਪਾਵਰਾਂ ਦਾ ਫਰਕ ਹੈ। ਹੁਣ ਅੱਜ ਮੈਂ ਦੱਸਾਂਗਾ, ਕਿਉਂਕਿ ਪੰਚਾਇਤ ਦੀਆਂ ਜਿਹੜੀਆਂ ਫੰਕਸ਼ਨਸ ਹੈਗੇ ਨੇ, ਪਹਿਲਾਂ ਤਾਂ ਜਿਹੜੀ ਜਨਰਲ ਫੰਕਸ਼ਨ ਹੋ ਜਾਂਦੇ ਆ, ਪੰਚਾਇਤ ਜਦੋਂ ਪੰਚਾਇਤ ਬਣ ਗਈ ਉਹਦੀ ਪਹਿਲੀ ਮੀਟਿੰਗ ਹੁੰਦੀ, ਪਹਿਲਾਂ ਉਹਦਾ ਫੋਰਮ ਪੂਰਾ ਹੋਣਾ ਚਾਹੀਦਾ, ਫਿਰ ਉਹਦੀ ਪਹਿਲੀ ਮੀਟਿੰਗ,
पहली मीटिंग दे विच पूरे साल का बजट तैयार किया जाता, जनरल फंक्शन जिहड़े पिंड दे हुंदे आ जिहनूं आम अजलास, आम अजलास दे विच बैठ के पहला पूरी पंचायत की कल्ली मीटिंग होंदी आ, क्योंकि नवे नवे पंच सरपंच बने होंदे आ, उन्हां नूं वी चाह हुंदा वो मेरी गली रहिंदी आ, उह कहिंदे मेरी गली पहली पंचायत ने बनाई, उह सालाना पूरे साल का एक एनुअल प्लैन बनाना हुंदा वी असीं एक साल दे विच पूरी पंचायत ने की काम करने, उदियां जिहड़े पावर्स जिहड़ियां सी किद्दां वरतणियां, मान लो कोई गली नाली पक्की बनाउणी आ, उह पूरे जिहड़ा साल दी डिवेलपमेंट लई एक साल दा पूरा प्लान बनाया जांदा, उहनूं एनुअल प्लान कहिंदे आ। फिर उह एनुअल प्लान बनण तों बाद सालाना प्लान बन गया, फिर उहदा बजट तैयार करना पूरी पंचायत ने बैठ के, उह बजट तैयार होएगा मान लो 10 या 15 गलियां बनण वालियां, नालियां बनण वालियां, उहनां ते किन्ना खर्चा आउंदा, सरकार तों किन्नी ग्रांट लैणी आ, ਉਹ ਗ੍ਰਾਂਟਾਂ ਦਾ ਜਿਹੜੀ ਡਿਮਾਂਡ ਰੱਖਣੀ ਆ, ਉਹ ਪੂਰਾ ਬਜਟ ਦੇ ਵਿੱਚ ਆਉਂਦਾ। ਇਹਦੇ ਲਈ ਇਹ ਹੈ ਵੀ ਅਸੀਂ ਪੂਰੇ ਸਾਲ ਦਾ ਜਿਹੜਾ ਇੱਕ ਸਾਲ ਦਾ ਪੂਰਾ ਪਲਾਨ ਤਿਆਰ ਕਰਨਾ, ਬਜਟ ਤਿਆਰ ਕਰਨਾ, ਫਿਰ ਉਹਨੂੰ ਲੋਕਾਂ ਦੇ ਵਿੱਚ ਦੱਸਣਾ ਵੀ ਹੈ ਵੀ ਅਸੀਂ ਆਹ ਕੰਮ ਕਰਨੇ ਆ, ਉਹਦੇ ਲਈ ਸਾਨੂੰ ਆਹ ਗ੍ਰਾਂਟ ਚਾਹੀਦੀ ਹੈ, ਫਾਈਨਾਂਸ ਚਾਹੀਦਾ, ਵੀ ਅਸੀਂ ਸਰਕਾਰ ਤੋਂ ਕਿੱਦਾਂ ਲੈਣੀ ਹੈ। ਇਹ ਹੋ ਗਿਆ ਉਹਦੇ ਵਿੱਚ ਆਮ ਅਜਲਾਸ ਲੋਕਾਂ ਦੀ ਵੀ ਰਾਏ ਲੈਣੀ। ਹਾਂ, ਲੋਕਾਂ ਦੀ ਆਮ ਅਜਲਾਸ ਹੁੰਦਾ, ਆਮ ਅਜਲਾਸ ਤਾਂ ਮੈਂ ਪਿਛਲੀ ਵਾਰੀ ਵੀ ਦੱਸ ਚੁੱਕਾ, ਇੱਕ ਸਾਲ ਦੇ ਵਿੱਚ ਹਰ 6 ਮਹੀਨੇ ਬਾਅਦ ਜੀ ਆਮ ਅਜਲਾਸ ਹੁੰਦਾ, ਉਹਦੇ ਵਿੱਚ ਹਰ 6 ਮਹੀਨੇ ਬਾਅਦ ਲੈਣੀ ਹੁੰਦੀ, ਰਹਿ ਲੈਣੀ ਹੁੰਦੀ ਆ, ਜਾਂ ਕੋਈ ਪਿੰਡ ਦੀਆਂ ਕੋਈ ਹੋਰ ਝਗੜੇ ਹੋਏ ਹੁੰਦੇ ਆ, ਜਾਂ ਪਿੰਡ ਦੇ ਕੋਈ ਹੋਰ ਫੰਕਸ਼ਨ ਹੁੰਦੇ ਆ, ਉਹਨਾਂ ਬਾਰੇ ਵੀ ਕਿਸੇ ਦੀ ਕੋਈ ਆਪਣੀ ਪ੍ਰੋਬਲਮ ਵੀ ਹੁੰਦੀ, ਉਹ ਦੱਸਣੀ ਹੁੰਦੀ ਆ। ਇਹਦੇ ਲਈ ਜਿਹੜੀ ਐਨੂਅਲ ਬਜਟ ਦੇ ਬਾਰੇ ਤਿਆਰੀ ਕਰਨੀ ਹੁੰਦੀ ਆ, ਫਿਰ ਪਿੰਡ ਦੇ ਵਿੱਚ ਇਕੱਠਤਾ ਵੀ ਪੰਚਾਇਤ ਨੇ ਰੱਖਣੀ ਹੁੰਦੀ ਆ, ਲੋਕਾਂ ਦਾ ਇਕੱਠ ਵੀ ਸ਼ੋ ਹੋਣਾ ਚਾਹੀਦਾ, ਇਹ ਨਹੀਂ ਵੀ ਪੰਚ ਬਣ ਗਿਆ ਉਹ ਆਪਣਾ ਅਲੱਗ ਫਿਰੀ ਜਾਵੇ, ਸਰਪੰਚ ਆਪਣਾ, ਇੱਕ ਪੰਚਾਇਤ ਦੀ ਇੱਕਜੁੱਟਤਾ ਜਿਹਨੂੰ ਅਸੀਂ ਕਹਿੰਦੇ ਹਾਂ ਜੀ, ਜਿਹਦੇ ਵਿੱਚ ਕੋਰਮ ਬਣਿਆ ਹੋਇਆ ਹੈ ਲਫ਼ਜ਼, ਪੰਚਾਇਤ ਦੀ ਇੱਕਜੁੱਟਤਾ ਵੀ ਲੋਕਾਂ ਦੇ ਵਿੱਚ ਅਸੀਂ ਆਪਣੇ ਪਿੰਡ ਦੇ ਵਾਸੀਆਂ ਦੇ ਵਿੱਚ ਸ਼ੋ ਕਰਨੀ ਹੁੰਦੀ ਆ, ਵੀ ਅਸੀਂ ਸਾਰੇ ਪੰਚਾਇਤ ਇਹ ਵਚਨਬੱਧ, ਸਾਰੀ ਪੰਚਾਇਤ ਪਿੰਡ ਪ੍ਰਤੀ, ਪਿੰਡ ਦੇ ਡਿਵੈਲਪਮੈਂਟ ਪ੍ਰਤੀ ਅਸੀਂ ਵਚਨਬੱਧ ਆ, ਇੱਕ ਇਕੱਠਤਾ ਸਾਨੂੰ ਆਪਣੀ ਇੱਕਜੁੱਟਤਾ ਸ਼ੋ ਕਰਨੀ ਹੁੰਦੀ, ਉਹ ਸਾਰਾ ਇਹ ਪੰਚਾਇਤ ਦੇ ਜਨਰਲ ਜਿਹੜੀ ਆ ਪਾਵਰਸ, ਡਿਊਟੀਜ਼ ਐਂਡ ਫੰਕਸ਼ਨ ਉਹਦੇ ਵਿੱਚ ਆਉਂਦੀਆਂ ਆ। ਉਸ ਤੋਂ ਬਾਅਦ ਆ ਜਾਂਦਾ ਜੀ ਫਿਰ ਹੈਗਾ ਮੇਨਟੀਨੈਂਸ, ਕਿੱਦਾਂ ਕੰਟਰੀਬਿਊਸ਼ਨ ਆਫ ਮੇਨਟੀਨੈਂਸ ਕਰਨੀ ਆ, ਜਿਹੜਾ ਪੰਚਾਇਤ ਜਦੋਂ ਵੀ ਕੋਈ ਕਰਦੀ ਆ ਉਹਦੇ 'ਤੇ ਮੇਨਟੀਨੈਂਸ, ਜਿੱਦਾਂ ਕੋਈ ਪੰਚਾਇਤ ਦਾ ਕੰਮ ਚੱਲਦਾ ਉਹਨੂੰ ਮੇਨਟੇਨ ਕਰਨਾ, ਉਹਦੀ ਸੁਰੱਖਿਆ ਕਰਨੀ, ਉਹਦੀ ਦੇਖ ਰੇਖ ਕਰਨੀ, ਮੇਨਟੇਨ ਕਰਨਾ, ਮੇਨਟੀਨੈਂਸ ਤੋਂ ਮਤਲਬ ਮੇਨਟੇਨ ਕਰਨਾ, ਤਾਂ ਉਹਦੇ 'ਤੇ ਕਿੰਨਾ ਖਰਚਾ, ਜੇ ਕੋਈ ਗਲੀ ਬਣਦੀ ਹੈ ਉਹਨੂੰ ਉਹਦੇ ਲਈ ਮਿਸਤਰੀ ਲਾਉਣੇ, ਕਿੰਨਾ, ਇੱਕ ਠੇਕੇਦਾਰ ਹੋ ਗਿਆ ਠੇਕੇਦਾਰ ਨੂੰ ਠੇਕਾ ਦੇਣਾ, ਉਹ ਮੇਨਟੇਨ ਕਰਨਾ, ਉਹਦੇ ਨੂੰ ਮੇਨਟੀਨੈਂਸ ਅਸੀਂ ਕਹਿੰਦੇ ਹਾਂ, ਮੇਨਟੀਨੈਂਸ ਉਹ ਕਰਨਾ ਹੁੰਦਾ ਜੀ। ਫਿਰ ਹੈਗਾ ਉਸ ਤੋਂ ਬਾਅਦ ਖੇਤੀਬਾੜੀ ਨਾਲ ਰਿਲੇਟਡ ਵੀ ਹੈਗੇ ਸਵਾ, ਪੰਚਾਇਤ ਕੋਲ ਪਾਵਰ ਹੈਗੀਆਂ, ਡਿਊਟੀਜ਼ ਹੈਗੀਆਂ ਖੇਤੀਬਾੜੀ ਦੇ ਵਿੱਚ, ਜਿੱਦਾਂ ਆਪਣੇ ਕੋਆਪਰੇਟਿਵ ਸੁਸਾਇਟੀ ਹੁੰਦੀਆਂ ਉਹਨਾਂ ਦੇ ਵਿੱਚ ਖਾਦ ਆਉਂਦੀ ਆ, ਉਹ ਪੰਚਾਇਤ ਦੇ, ਪੰਚਾਇਤ ਆਪਣੇ ਕੋਟੇ 'ਚ ਵੀ ਮੰਗਾ ਸਕਦੀ ਹੈ, ਕਿਸਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਦੇਣ ਲਈ ਪੰਚਾਇਤ ਦੇ ਕੋਲ ਇਹ ਵੀ ਡਿਊਟੀਜ਼ ਹੈਗੀਆਂ, ਇਹ ਵੀ ਪਾਵਰਾਂ ਹੈਗੀਆਂ ਕਿ ਐਗਰੀਕਲਚਰ, ਖੇਤੀਬਾੜੀ ਦੇ ਕੰਮ ਨੂੰ ਬੜਾਵਾ ਦੇਣ ਦੇ ਲਈ, ਕਿਸਾਨਾਂ ਨੂੰ ਵੱਧ ਤੋਂ ਵੱਧ ਕਿਸਾਨੀ ਬਾਰੇ ਜਾਣਕਾਰੀ ਦੇਣ ਲਈ, ਵਧੀਆ ਤੋਂ ਵਧੀਆ ਫਸਲਾਂ ਦਾ ਉਪਜ ਲੈਣ ਲਈ ਕੀ ਪ੍ਰੋਗਰਾਮ ਨੇ, ਜੇ ਇਹ ਖੇਤੀਬਾੜੀ ਦੇ ਪ੍ਰੋਗਰਾਮ ਵੀ ਪੰਚਾਇਤ ਦੇ ਪਾਵਰ, ਪੰਚਾਇਤ ਐਕਟ ਨੇ ਦੱਸੇ ਹੋਏ ਆ ਜੀ। ਹਾਂਜੀ, ਤੇ ਇਹ ਜਿਵੇਂ ਤੁਸੀਂ ਕੰਮ ਜਿਹੜੇ ਗਿਣਾਏ ਹੈਗੇ ਨੇ, ਇੱਥੇ ਜਿਹੜੇ ਦਰਸ਼ਕ ਸਾਡੇ ਉਹਨਾਂ ਨੂੰ ਮੈਂ ਇਹ ਨਾਲ ਦੱਸਦਾ ਕਿ ਪੰਚਾਇਤ ਦੀ ਜ਼ਿੰਮੇਵਾਰੀ, ਸਰਪੰਚ ਪੰਚ ਦੀ ਜ਼ਿੰਮੇਵਾਰੀ ਜਿੱਥੇ ਵਕੀਲ ਸਾਹਿਬ ਦੱਸ ਰਹੇ ਨੇ, ਤੇ ਲੋਕਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ, ਜਿੱਥੇ ਸਾਲਾਨਾ ਆਮ ਅਜਲਾਸ ਹੁੰਦਾ ਉਹ ਵੀ, ਜਿੱਥੇ ਪੰਚਾਇਤ ਜਵਾਬਦੇਹ ਹੈ, ਲੋਕ ਵੀ ਆਪਣੀ ਰਾਏ ਦੱਸਣੀ ਚਾਹੀਦੀ ਹੈ, ਰਾਏ ਦੇਣੀ ਚਾਹੀਦੀ ਹੈ, ਕੁਝ ਆਪ ਵੀ ਨਿਗਰਾਨੀ ਵੀ ਰੱਖਣ ਦੀ ਲੋੜ ਹੁੰਦੀ ਹੈ ਵੀ ਇਸ ਕੰਮ ਤੇ ਪਹਿਲ ਦੇ ਆਧਾਰ ਤੇ ਕਰਨਾ, ਦੋ ਨੰਬਰ ਤੇ ਇੱਦਾਂ ਲੋਕ ਵੀ ਰਾਏ ਦੇਣੀ, ਲੋਕਾਂ ਨੂੰ ਵੀ ਰਾਏ ਦੇਣੀ ਚਾਹੀਦੀ, ਤੇ ਆਉਣ ਵਾਲੇ ਸਮੇਂ 'ਚ ਪੰਚ ਸਰਪੰਚ ਜਿਹੜੇ ਆ ਉਹਨਾਂ ਨੂੰ ਵੀ ਇਹ ਜਿਹੜਾ ਕਾਨੂੰਨੀ ਜਾਣਕਾਰੀ ਦਾ ਜਿਹੜਾ ਗਿਆਨ ਦਾ ਭੰਡਾਰ ਜਿਹੜਾ ਵਕੀਲ ਸਾਹਿਬ ਨਾਲੋਂ ਦਿੱਤਾ ਜਾ ਰਿਹਾ, ਇਹਦੇ ਤੇ ਗੌਰ ਕਰਨ ਦੀ ਲੋੜ ਆ ਕਿ ਸਾਡੀਆਂ ਬਹੁਤ ਹੀ ਪ੍ਰਮੁੱਖ ਜ਼ਿੰਮੇਵਾਰੀਆਂ ਨੇ ਸਮਾਜ ਵਾਸਤੇ, ਪਿੰਡ ਵਾਸਤੇ ਤੇ ਵਿਕਾਸ ਵਾਸਤੇ। ਵਕੀਲ ਸਾਹਿਬ, ਕਿਵੇਂ ਆਮਦਨ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਪੰਚਾਇਤ ਦੇ, ਉਹਦੇ ਲਈ ਕੀ ਜ਼ਿੰਮੇਵਾਰੀਆਂ ਹੁੰਦੀਆਂ ਪੰਚਾਇਤ ਦੀਆਂ? ਜਿਸ ਤਰ੍ਹਾਂ ਆਪਾਂ ਕੋਈ ਵੀ, ਮੈਂ ਹੁਣੇ ਕੰਮ ਗਿਣਾਏ ਆ, ਜਨਰਲ ਫੰਕਸ਼ਨ ਗਿਣਾਏ ਹੈਗੇ ਆ, ਜਾਂ ਜਿੱਦਾਂ ਮੇਨਟੇਨੈਂਸ ਆ, ਉਸ ਤੋਂ ਬਾਅਦ ਜਿੱਦਾਂ ਆਪਾਂ ਖੇਤੀਬਾੜੀ ਦਾ ਕੰਮ ਹੈ, ਮੈਂ ਖੇਤੀਬਾੜੀ ਦੇ ਕੰਮ 'ਚ ਕਿਸਾਨਾਂ ਨੂੰ ਦੱਸਿਆ ਵੀ ਪੰਚਾਇਤ, ਪਹਿਲਾਂ ਕਿਸਾਨ ਆਪ ਵੀ ਇਕੱਠੇ ਹੋ ਗਏ ਪੰਚਾਇਤ ਕੋਲ, ਦੱਸੋ ਵੀ ਸਾਡੀ ਖੇਤੀਬਾੜੀ ਨਾਲ ਸੰਬੰਧਿਤ ਕੀ ਕੰਮ ਹੈ। ਅਗਰ ਜੇ ਪੰਚਾਇਤ ਨੇ
ਕਿਸਾਨਾਂ ਨੂੰ ਖਾਦ ਵੇਚਣੀ ਆ, ਵਧੀਆ ਬੀਜ ਵੇਚਣੇ ਆ, ਉਹ ਸਰਕਾਰ ਵੱਲੋਂ ਉਹਨਾਂ ਨੂੰ ਕੰਟਰੋਲ ਰੇਟ ਤੇ ਆਉਣੇ, ਤੇ ਉਹ ਕਿਸਾਨਾਂ ਨੂੰ ਵੀ ਥੋੜਾ ਪੰਚਾਇਤ ਦੇ ਮੁਨਾਫੇ ਲਈ ਰੱਖ ਕੇ, ਉਹ ਵੀ ਪੰਚਾਇਤ ਦੀ ਇਨਕਮ ਵੀ ਹੁੰਦੀ ਆ। ਫਿਰ ਇੱਕ ਪੰਚਾਇਤ ਦਾ ਕੰਮ ਹੈਗਾ ਪਸ਼ੂ ਪਾਲਣ, ਠੀਕ ਹੈ, ਪਸ਼ੂ ਪਾਲਣ ਉਦਯੋਗ, ਠੀਕ ਹੈ, ਡੈਰੀ ਦਾ ਉਦਯੋਗ। ਉਹ ਡੈਰੀ ਜਿਹੜੀ ਜਿੱਦਾਂ ਹੁਣ ਪਿੰਡ ਦੇ ਵਿੱਚ ਕਈ ਸਾਡੇ ਜਿਹੜੇ ਪਿੰਡ ਦੇ ਡੈਰੀਆਂ ਬਣਾਉਂਦੇ ਆ, ਉਹ ਡੈਰੀਆਂ ਦੀ ਪੰਚਾਇਤ ਵੱਲੋਂ ਇੱਕ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ, ਡੈਰੀ ਦੇ ਫਿਰ ਗ੍ਰਾਂਟ ਵੀ ਆਉਂਦੀ ਆ ਉਹਦੇ ਲਈ ਵੀ। ਡੈਰੀ ਜਦੋਂ ਪਿੰਡ ਚ ਲੱਗਦੀ ਆ, ਕੋਈ ਵੀ ਦੁੱਧ ਦੀ ਡੈਰੀ ਲੱਗਦੀ ਆ ਪੰਚਾਇਤ ਵੱਲੋਂ, ਤਾਂ ਉਹਦਾ ਵੀ ਪੰਚਾਇਤ ਨੂੰ ਫਾਇਦਾ ਆਉਂਦਾ, ਕਿਉਂਕਿ ਉਹ ਡੈਰੀ ਨੇ ਵੀ ਇਨਕਮ ਕਰਨੀ ਆ। ਜਦੋਂ ਡੈਰੀ ਦੀ ਇਨਕਮ ਆਪਣੀ ਹੁੰਦੀ ਆ, ਤਾਂ ਇਹ ਤਾਂ ਮੀਨਸ ਪੰਚਾਇਤ ਨੂੰ ਵੀ ਇਨਕਮ ਥੋੜੀ ਬਹੁਤੀ ਜ਼ਰੂਰ ਹੋਏਗੀ ਜੀ, ਔਰ ਬਣਦੀ ਆ, ਦੇਣੀ ਵੀ ਬਣਦੀ ਆ। ਹੁਣ ਫਿਰ ਉਸ ਤੋਂ ਬਾਅਦ ਹੁਣ ਜਦ ਮੱਛੀ ਪਾਲਣ ਹੋ ਗਿਆ, ਇਹ ਵੀ ਪੰਚਾਇਤ ਦਾ ਉਦਯੋਗ ਆ। ਬਿਲਕੁਲ, ਜਦੋਂ ਮੱਛੀ ਪਾਲਣਾ, ਮੱਛੀ ਨੂੰ ਵੇਚਣਾ, ਉਹ ਵੀ ਪੰਚਾਇਤ ਦੀ ਇਨਕਮ ਹੁੰਦੀ ਹੈ, ਅੰਡਰਸਟੂਡ ਆ। ਮੈਂ ਕਹਿੰਦਾ ਜਿੰਨੇ ਵੀ ਪਿੰਡ ਵਾਸੀ ਹੁੰਦੇ ਆ, ਉਹਨਾਂ ਨੂੰ ਆਪਣੇ ਆਪ ਵੀ ਜਾਗਰੂਕ ਹੋਣਾ ਚਾਹੀਦਾ। ਜਿੰਨੇ ਮੈਂ ਕੰਮ ਕਰਾਉਂਦਾ, ਉਹ ਪੰਚਾਇਤ ਨੂੰ ਆਪ ਵੀ ਪੁੱਛ ਸਕਦੇ ਆ ਵੀ ਹਾਂ ਵੀ ਤੁਹਾਡੇ ਕੋਲ ਮੱਛੀ ਪਾਲਣ ਦਾ ਪ੍ਰੋਗਰਾਮ ਹੈਗਾ। ਬਿਲਕੁਲ ਬਿਲਕੁਲ ਬਿਲਕੁਲ, ਪਿੰਡ ਵਾਲਿਆਂ ਨੂੰ ਕੰਮ ਹੋਣਾ ਚਾਹੀਦਾ, ਕੰਮ ਵੀ ਮਿਲੇਗਾ। ਜੇ ਹੁਣ ਮੱਛੀ ਪਾਲਣ ਦਾ ਕੋਈ ਕੰਮ ਹੈ, ਪੰਚਾਇਤ ਨੇ ਕੋਈ ਤਲਾਬ ਬਣਾਤਾ, ਪਹਿਲਾਂ ਤਾਂ ਤਲਾਬ ਬਣਾਉਣ ਲਈ ਪਿੰਡ ਵਾਸੀਆਂ ਨੂੰ ਕੰਮ ਮਿਲਣਾ। ਫਿਰ ਉਹ ਪਾਣੀ, ਫਿਰ ਉਹਦੇ ਲਈ ਇੱਕ ਅੱਧਾ ਬੰਦਾ ਉਹ ਰੱਖਣਾ ਵੀ ਹੁੰਦਾ ਜਿਹੜਾ ਮੇਨਟੇਨੈਂਸ ਲਈ ਰੱਖਣਾ ਪੈਂਦਾ, ਇੱਦਾਂ ਹੀ ਪਸ਼ੂ ਪਾਲਣ ਲਈ ਵੀ ਰੱਖਣਾ ਪੈਂਦਾ। ਇਹ ਇਹ ਸਾਰੇ ਕੰਮਾਂ ਦੇ ਪੰਚਾਇਤ ਦੀ ਇਨਕਮ ਵੀ ਨਾਲ ਨਾਲ ਹੁੰਦੀ ਆ। ਫਿਰ ਹੁਣ ਜਿੱਦਾਂ ਪੰਚਾਇਤ ਨੂੰ ਹੋਰ ਕੰਮ ਹੈਗੇ ਆ, ਜੰਗਲਾਤ ਕਿਤੇ ਰਾਹਾਂ ਦੇ ਉੱਤੇ ਲਾਉਣੇ ਹੈਗੇ ਆ, ਪੌਦੇ ਲਾਉਣੇ ਆ, ਬੂਟੇ ਲਾਉਣੇ ਆ, ਉਹ ਵੀ ਪੰਚਾਇਤ ਦਾ ਕੰਮ ਹੈ। ਪਹਿਲਾਂ ਉਹਦੇ ਉੱਤੇ ਖਰਚਾ ਜ਼ਰੂਰ ਹੁੰਦਾ, ਫਿਰ ਜਦੋਂ ਬੂਟੇ ਵੱਡੇ ਹੋ ਜਾਂਦੇ ਆ, ਦਰਖਤ ਬਣ ਜਾਂਦੇ, ਫਿਰ ਵੇਚਣੇ, ਵੇਚ ਕੇ ਉਹ ਵੀ ਪੰਚਾਇਤ ਨੂੰ ਫਾਇਦਾ ਹੁੰਦਾ। ਬਿਲਕੁਲ ਬਿਲਕੁਲ। ਇਹ ਵੀ ਫਾਇਦਾ। ਫਿਰ ਇੱਕ ਹੋਰ ਐਪ ਜਿੱਦਾਂ ਹੁਣ ਗੋਬਰ ਗੈਸ, ਉਹ ਫੀਲ ਬਣਦਾ ਉਹਦੇ ਤੋਂ, ਉਹ ਇਹ ਵੀ ਪੰਚਾਇਤ ਦੇ ਕੰਮਾਂ 'ਚ ਕੰਮ ਆਉਂਦਾ। ਕੋਈ ਵੀ ਕਿਸਾਨ, ਕੋਈ ਵੀ ਵਿਅਕਤੀ, ਜ਼ਰੂਰੀ ਨਹੀਂ ਕਿਸਾਨ, ਜਿਹਦੇ ਕੋਲ ਪ੍ਰਬੰਧ ਹੈ, ਜਿਹਦੇ ਕੋਲ ਜਗ੍ਹਾ ਹੈ ਘਰ 'ਚ, ਉਹ ਆਪਣੇ ਗੋਬਰ ਗੈਸ ਪਲਾਂਟ ਲਈ ਵੀ ਪੰਚਾਇਤ ਨੂੰ ਕਹਿ ਸਕਦੇ, ਮੈਂ ਗੋਬਰ ਗੈਸ ਪਲਾਂਟ ਆਪਣੇ ਘਰ 'ਚ ਲਾਉਣਾ, ਮੇਰੀ ਗੈਸ ਮੈਂ ਉੱਥੋਂ ਪੈਦਾ ਕਰਨੀ ਆਪਣੀ, ਵੀ ਮੇਰੇ ਲਈ ਸਕੀਮ ਦਿਓ, ਉਹ ਵੀ ਸਰਕਾਰੀ ਸਕੀਮ ਥੱਲੇ ਆ, ਉਹ ਪੰਚਾਇਤ ਲਿਆ ਕੇ ਦਊਗੀ। ਬਿਲਕੁਲ ਜੀ, ਤੇ ਬਹੁਤ ਸਾਰੀਆਂ ਪੰਚਾਇਤਾਂ ਦੇ ਕੋਲ ਆਪਣੀ ਜ਼ਮੀਨ ਵੀ ਹੁੰਦੀ ਆ, ਉਹ ਜ਼ਮੀਨ ਵੀ ਤਰ੍ਹਾਂ ਤਰੀਕੇ ਦੇ ਨਾਲ ਉਹ ਵਰਤਿਆ ਜਾ ਸਕਦਾ, ਦੁਕਾਨਾਂ ਬਣਾਈਆਂ ਜਾ ਸਕਦੀਆਂ, ਜਾਂ ਜਿੱਥੇ ਠੇਕੇ ਤੇ ਦਿੱਤਾ ਜਾਂਦਾ ਹੋਰ ਵੀ ਕੁਛ ਉੱਥੋਂ ਉਗਾਇਆ ਜਾ ਸਕਦਾ, ਆਪ ਵੀ ਉਹਦੀ ਵਰਤੋਂ ਕੀਤਾ, ਉਹ ਕੀ ਸਕੀਮ ਹੈਗੀ ਆ? ਹਾਂ, ਇਸ ਤਰ੍ਹਾਂ ਹੈਗਾ, ਜਿੱਦਾਂ ਛੋਟੇ ਛੋਟੇ ਉਦਯੋਗ ਹੈ, ਮੰਨ ਲਓ ਪੰਚਾਇਤ ਦੀ ਕੋਈ ਜਗ੍ਹਾ ਪਈ, ਸ਼ਾਮ ਲਾਟਾਂ ਪਈਆਂ, ਆਮ ਪਿੰਡਾਂ ਦੇ ਵਿੱਚ ਰੌਲਾ ਹੁੰਦਾ, ਸ਼ਾਮ ਲਾਟ ਨੂੰ ਜ਼ਿਆਦਾ ਪਹਿਲਾਂ ਲਿਆ ਜਾਂਦਾ ਵੀ ਪੰਚਾਇਤ ਕੋਲ ਸ਼ਾਮ ਲਾਟ ਕਿੰਨੀ ਹੈ। ਹਾਂ, ਪੰਚਾਇਤ ਦੇ ਕੋਲ ਕਈ ਸ਼ਾਮ ਲਾਟਾਂ ਇੱਦਾਂ ਦੀਆਂ ਹੋਣੀਆਂ ਜਿੱਥੇ ਕੁਛ ਨਹੀਂ ਹੁੰਦਾ, ਕੋਈ ਬੰਜਰ ਹੁੰਦੀ, ਉੱਥੇ ਉਹ ਪੰਚਾਇਤ ਲਘੂ ਉਦਯੋਗ, ਛੋਟੇ ਛੋਟੇ ਉਦਯੋਗ, ਜਿੱਥੇ ਪਿੰਡ ਵਾਸੀਆਂ ਨੂੰ ਕੰਮ ਵੀ ਮਿਲਦਾ, ਉਹਦੇ ਨਾਲ ਪੰਚਾਇਤ ਦੀ ਵੀ ਇਨਕਮ ਹੁੰਦੀ, ਜਦੋਂ ਜਿਹੜੀ ਪ੍ਰੋਡਕਟ ਬਣੇਗਾ ਉੱਥੇ ਉਹ ਬਾਹਰ ਸੇਲ ਵੀ ਹੋਏਗਾ, ਕੰਮ ਵੀ ਮਿਲੂਗਾ, ਤੇ ਉਹ ਪੰਚਾਇਤ ਦੀ ਪ੍ਰੋਪਰਟੀ ਦੀ ਯੂਟੀਲਾਈਜੇਸ਼ਨ ਵੀ ਵਧੀਆ ਹੋਊਗੀ। ਫਿਰ ਜੇ ਸ਼ਾਮ ਲਾਟ ਜ਼ਿਆਦਾ ਵੱਡੇ ਪੱਧਰ ਦੇ ਆ, ਜੇ ਪੰਚਾਇਤ ਉਹਨੂੰ ਠੇਕੇ ਤੇ ਦਿੰਦੀ, ਉਹ ਠੇਕਾ ਜਿਹੜਾ ਉਹਨਾਂ ਪੰਚਾਇਤ ਖਾਤੇ ਵਿੱਚ, ਉਹ ਵੀ ਪੰਚਾਇਤ ਦੀ ਆਮਦਨ ਹੈ। ਤੇ ਇਹ ਜਿਹੜਾ ਆਮਦਨ ਦਾ ਸਾਧਨ ਤੁਸੀਂ ਗਣਾਏ ਨੇ, ਉਹ ਤੋਂ ਜਿਹੜੀ ਹੋਰ ਹੀ ਆਮਦਨ ਹੈ, ਉਹ ਕਿੱਥੇ ਕਿੱਥੇ ਖਰਚੇ ਜਾ ਸਕਦੇ ਆ? ਪੰਚਾਇਤ ਕਿੱਥੇ ਕਿੱਥੇ ਪੈਸੇ ਉਹ ਖਰਚ ਸਕਦੀ ਹੈ? ਹਾਂ, ਪੰਚਾਇਤ ਆਪਣੇ ਡਿਵੈਲਪਮੈਂਟ ਲਈ ਖਰਚ ਸਕਦੀ ਹੈ, ਆਪਣੇ ਨਿੱਜੀ ਪਰਪਸ ਲਈ। ਕੋਈ ਪੰਚ ਸਰਪੰਚ ਜਿਹੜੀ ਇਹ ਆਮਦਨ ਆਉਂਦੀ ਉਹਨੂੰ ਨਹੀਂ ਰੱਖੂਗੇ, ਉਹਦਾ ਇੱਕ ਬਕਾਇਦਾ ਰਜਿਸਟਰ ਹੁੰਦੇ ਆ, ਰੱਖੇ ਲੱਗੇ ਹੁੰਦੇ ਆ ਪੰਚਾਇਤ ਦੇ, ਉਹਦੇ ਤੇ ਉਹਦਾ ਹਿਸਾਬ ਕਿਤਾਬ ਲਿਖਿਆ ਜਾਂਦਾ। ਜੇ ਮੱਛੀ ਪਾਲਣ ਦਾ ਕੰਮ ਹੈ, ਡੈਰੀ ਦਾ ਕੰਮ ਪੰਚਾਇਤ ਨੇ ਖੋਲ ਕੇ ਦਿੱਤਾ, ਤਾਂ ਉਹਦੇ ਲਈ ਜਿਹੜਾ ਬੰਦਾ ਰੱਖਿਆ ਜਾਂਦਾ, ਉਹਦਾ ਕੋਈ ਵੀ ਵਿਅਕਤੀ ਜਿਹੜਾ ਮੇਨਟੇਨੈਂਸ ਰੱਖਣ ਦੇ ਲਈ, ਉਹਦਾ ਰਿਕਾਰਡ ਰੱਖੂਗਾ ਬਕਾਇਦਾ। ਜੇ ਹੁਣ ਮੱਛੀ ਪਾਲਣ ਤੋਂ ਆਮਦਨ ਹੁੰਦੀ ਆ, ਉਹ ਹੋਊਗੀ ਤਾਂ ਉਹਦੇ ਰਿਕਾਰਡ ਪੰਚਾਇਤ ਦੇ ਫੰਡ 'ਚ ਆਏਗੀ, ਪੰਚਾਇਤ ਦੀ ਬੈਂਕ ਅਕਾਊਂਟ ਹੁੰਦਾ, ਉਹਦੇ 'ਚ ਉਹਦਾ ਹਿਸਾਬ ਕਿਤਾਬ ਰੱਖਿਆ ਜਾਊਗਾ। ਬਿਲਕੁਲ, ਤੇ ਉਹ ਫਿਰ ਜਿਹੜਾ ਯੂਟੀਲਾਈਜੇਸ਼ਨ ਉਹਦੀ ਹੋਏਗੀ, ਜਿਹੜਾ ਪੰਚਾਇਤ ਦਾ ਇਨਕਮ ਹੋਏਗੀ, ਪੰਚਾਇਤ ਦਾ ਬੈਨੀਫਿਟ ਪ੍ਰੋਫਿਟ ਹੋਏਗਾ, ਉਹਦੀ ਯੂਟੀਲਾਈਜੇਸ਼ਨ ਪਿੰਡ ਦੀ ਡਿਵੈਲਪਮੈਂਟ ਲਈ ਹੋ ਸਕਦੀ ਹੈ, ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਦੀ ਸਲਾਹ ਦੇ ਨਾਲ, ਸਲਾਹ ਦੇ ਨਾਲ, ਔਰ ਆਮ ਇਜਲਾਸ ਜਾਂ ਅਜਲਾਸ ਉਹ ਮਤਾ ਪਾ ਕੇ, ਉਹ ਆਮ ਇਜਲਾਸ ਦੇ ਵਿੱਚ ਪਹਿਲਾਂ ਗੱਲ ਹੋਏਗੀ, ਸਰਪੰਚ ਪੰਚਾਇਤ ਵੱਲੋਂ, ਪੂਰੀ ਪੰਚਾਇਤ ਵੱਲੋਂ ਉੱਠ ਕੇ ਬੋਲੇਗਾ ਵੀ ਸਾਨੂੰ ਇਸ ਸਾਲ ਸਾਡਾ ਸਾਲਾਨਾ ਬਜਟ ਆਹ ਸੀ, ਆਹ ਪਲਾਨ ਸੀ, ਉਹਦੇ ਤੋਂ ਅਸੀਂ ਆਹ ਕੰਮ ਕੀਤੇ, ਸਾਨੂੰ ਇਨਕਮ ਵੀ ਹੋਈ। ਵੈਸੇ ਤਾਂ ਬਹੁਤ ਰੇਅਰ ਚਾਂਸਿਸ ਹੈ, ਮੈਂ ਕਹਿਣਾ ਚਾਹੁੰਦਾ ਕਦੇ ਸ਼ੋਅ ਨਹੀਂ ਕਰਦੇ ਸਰਪੰਚ ਪਿੰਡਾਂ ਵਿੱਚ, ਪਰ ਇਹ ਹੁੰਦਾ, ਕਾਨੂੰਨ ਹੈ ਵੀ ਜੇ ਮੇਨਟੇਨੈਂਸ ਹੋਇਆ ਜਾਂ ਇਨਕਮ ਹੋਈ ਉਹਨੂੰ ਸ਼ੋਅ ਕਰਨਾ ਪੈਂਦਾ। ਜੇ ਤੁਸੀਂ ਡੈਰੀ ਬਣਾਈ, ਪਸ਼ੂ ਪਾਲਣ ਬਣਾਇਆ ਜਾਂ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ, ਤਾਂ ਇਨਕਮ ਤਾਂ ਹੋਣੀ ਹੋਣੀ ਹੈ, ਕੋਈ ਵੀ ਬੰਦਾ ਉੱਠ ਕੇ ਪੁੱਛ ਦੋ ਤਾਂ
कोई भी पिंड वासी किसी पंच सरपंच पूछ सकता भी वो मच्छी पालन का तुम तालाब बनाया तो मच्छियां बेचिया कितने गए पैसे, वो दरख्त लाए थे उसके पैसे कितने गए। इस करके वो हिसाब किताब है जिहड़ा पंचायत के रिकॉर्ड में होंगे। बिल्कुल जी, ये जिथे ये आमदन के साधन वह हिसाब किताब होंगे उत्थे ही हिसाब किताब यह भी होंगे कि मान लो पंचायत ने जिहड़ा पहला इट्टां वाला फर्श सीगा ते इट्टां वाला रस्ता सीगा जां कोई इदां दे स्थान सी थड़ा सी इट्टां दी जगह वो इट्टां पट लईआं तां उत्थे ला दित्ता एंटरलॉक जां उत्थे कंक्रीट कर दित्ती। लोग पुछ सकदे ने वी पहली इट कित्थे गई आ आजलास दे विच जां इत्थे भर्ती किन्ने दी पई आ इंटरलॉक किन्ने किन्ने पंजी पंजी दा हिसाब लैण दे हकदार ने पिंड वासी पर नहीं लेंदे क्योंकि अज्ञानता दे करके नहीं लेंदे। इसे करके ज्ञान दा भंडार वकील साहब तुहानू दे रहे ने जिथे जिम्मेवारी पंचायत दी पंच सरपंचां दी उत्थे नगर निवासियां दी भी पूरी जान जिहड़ी ओह जिम्मेवारी है पिंड नूं विकास दीआं लीहां ते लैके जाणा ते फिर ही पिंड जिवें वकील साहब उहनां ने इकजुटता दी गल कीती है जिथे पंचायत इकजुट होणी चाहीदी उत्थे पिंड भी एकजुट होना चाहिदा। ते जिवें इन्हां ने तां बहुत सारे जिहड़े काम भी दस्से ने जिथे पिंड दे लोकां नूं रुजगार भी मिल सकदा मिलदा भी है बहुत सारे पिंडां दे विच विकास भी बहुत सारा होया पर बहुता नहीं ज्यादा पिंडां दे विच ते ओह धड़ेबंदी जां इक दूजे नूं हराउण जिताउण दे चक्कर दे विच ही पंचायतां बणदियां। आओ पंजाब दे विच जिथे सरकारां उपराला करदियां समाज उपराला करदा पिंडां अपने अपने पिंडां दे विच भी आपां भाईचारा कायम करिए एकजुटता दिखाईए ते पिंड नूं बेहतर बनाईए ते बेरोजगारां नूं रुजगार भी देईए जिहड़े पिछे रह गए उहनां दी भी मदद करन दी लोड़ है। सलाहां मशवरे इस तरीके दे नाल करिए आम अजलास दे विच जिवें आपां घर दे विच मकान बनाउण वेले सारा टब्बर इकट्ठे बैठ के सलाह करदे दे पिंड दी बेहतरी लई भी समूह पिंड वासी ते पंचायत सलाह करन दी लोड़ है। परिवार होंगे उन्होंने लिए कलोनियां का इंतजाम करना उन्होंने रिहायश लिए मकान देना सरकार बना के दी सरकार अप्रूवल बना के भेजनी ये कलोनियां जिहड़ियां बना के देनिया रिहायशी मकान बना के देना वह पंचायत पहला किसी तो एप्लीकेशन लैंदी है फिर वह भी पंचायत बना सकती ये पंचायत को पावर है अपनी शामलाट विचों पंचायत ने कहना साढ़े को जगह है आ बंदा गरीबी रेखा तो थले ये को जगह नहीं है ये को रहने लिए मकान नहीं है टब्बर है उहदी रिहायश का बंदोबस्त भी कमरे बना के जो 100-100 गज के प्लाट पहला पहला भी मिले है वह हुण भी लै सकती ये भी पंचायत को पावर हैगी है। फिर जिन्ने गरीब है पिंड के सरपंच दी नजर विच जां कोई व्यक्ति तुसीं प्लाटां दी गल छेड़ी सी इत्थे अगली गल नूं ब्रेक लगा के मैं तुहाडे तों पुछ लां वी इह जिहड़े पंचायत जिहड़ियां प्लाट कट्टे जांदे ने कलोनियां दित्तियां इहदे लई जिवें कई वार इह आउंदा वी सरकार दी स्कीम आई आ जां स्कीम तों बगैर भी पंचायत फैसला लै सकदी। हां इह सरकार दी स्कीम भी हुंदी आ पर पंचायत फैसला लऊंगी पंचायत इन्नी उहनूं अथॉरिटी नहीं वी पंचायत अपने आप कलोनी कट के दे दो नो पंचायत पहला उहदा प्लैन बनाएगी बजट बनाएगी प्लैन के मुताबिक फिर अप्रूवल नहीं भेजूगी पहला बीडीओ बीडी तो डीडीपीओ डीडीपीओ तो डायरैक्टर डायरैक्टर तो मंजूरी होने तो बाद फिर मिल सकता पंचायत इदा नहीं अपने आप नहीं दे दो लिख के देता जी आ लो जी असं मता पास करता प्रपोजल तो रख प्रपोजल रख सकती पंचायत प्रपोजल रख सकती भी साढ़े पिंड के इन्ने व्यक्ति जोड़े आ गरीबी रेखा तो थले रह रहा है वह लैंडलैस आ और हाउसलैस आ उन्होंने को रेजीडेंस नहीं है ਵੀ ਅਸੀਂ ਉਹਨਾਂ ਨੂੰ ਰੈਜ਼ੀਡੈਂਸ ਦੇਣਾ ਚਾਹੁੰਦੇ ਹਾਂ ਸਾਡੇ ਕੋਲ ਆਹ ਜ਼ਮੀਨ ਪਈ ਹੈ ਉਹ ਪੰਚਾਇਤ ਨੇ ਫਿਰ ਸਰਕਾਰ ਜਦੋਂ ਮਨਜ਼ੂਰੀ ਹੁੰਦੀ ਹੈ ਇੱਕ ਤਾਂ ਸਰਕਾਰ ਆਪਣੇ ਆਪ ਹੀ ਦੇ ਸਕਦੀ ਸਰਕਾਰ ਦਾ ਆਪਣਾ ਕੋਈ ਪਲਾਨ ਬਣ ਗਿਆ ਕੋਈ ਪ੍ਰੋਗਰਾਮ ਆ ਗਿਆ ਕੋਈ ਸਕੀਮ ਆ ਗਈ ਸਰਕਾਰੀ ਸਕੀਮ ਤਾਂ ਲਾਗੂ ਹੋਣੀ ਹੋਣੀ ਪੰਚਾਇਤ ਤੇ ਅਗਰ ਸਰਕਾਰੀ ਸਕੀਮ ਨਹੀਂ ਹੈ ਤਾਂ ਪੰਚਾਇਤ ਆਪਣੇ ਆਪ ਵੀ ਪਲਾਨ ਬਣਾ ਕੇ ਅਪਰੂਵਲ ਲਈ ਉੱਪਰ ਭੇਜ ਸਕਦੀ ਜਦੋਂ ਅਪਰੂਵਲ ਹੋਏਗੀ ਫਿਰ ਦੇ ਬਿਲਕੁਲ ਜੀ ਤੇ ਜਿਹੜੀ ਲੋਕਾਂ ਦੀ ਸੁਰੱਖਿਆ ਦੀ ਜੇ ਗੱਲ ਕਰੀਏ ਜਾਂ ਲੋਕਾਂ ਦੇ ਇਲਾਜ ਦੀ ਜੇ ਗੱਲ ਕਰੀਏ ਬਹੁਤ ਸਾਰੇ ਪਰਿਵਾਰ ਪਿੰਡਾਂ ਦੇ ਵਿੱਚ ਇਦਾਂ ਦੇ ਹੁੰਦੇ ਜਿਹਨੇ ਆਪਣੇ ਇਲਾਜ ਤੋਂ ਵਾਂਝੇ ਨੇ ਜਾਂ ਬੱਚਿਆਂ ਨੂੰ ਵਿੱਦਿਆ ਤੋਂ ਵਾਂਝੇ ਨੇ ਜਾਂ ਇਸ ਤਰ੍ਹਾਂ ਦਾ ਵੀ ਪੰਚਾਇਤ ਦੀ ਕੋਈ ਜ਼ਿੰਮੇਵਾਰੀ ਹੁੰਦੀ ਜਾਂ ਪਿੰਡ ਵਾਸੀਆਂ ਦਾ ਕਿਵੇਂ ਧਿਆਨ ਰੱਖਿਆ ਜਾ ਸਕਦਾ ਜਾਂ ਸਰਕਾਰ ਨਾਲ ਮਿਲਿਆ ਜਾ ਸਕਦਾ। ਬਿਲਕੁਲ ਇਹ ਵੀ ਪੰਚਾਇਤ ਦੇ ਡਿਊਟੀਜ਼ ਦੇ ਵਿੱਚ ਆਉਂਦਾ ਹੈ ਪੰਚਾਇਤ ਜਿਹੜਾ ਮੰਨ ਲਓ ਤੁਸੀਂ ਕਹਿੰਦੇ ਆ ਵੀ ਐਜੂਕੇਸ਼ਨ ਇਹ ਪੰਚਾਇਤ ਫੰਕਸ਼ਨ ਦੇ ਵਿੱਚ ਆਉਂਦਾ ਪਿੰਡ ਦੇ ਵਿੱਚ ਕੋਈ ਸਕੂਲ ਨਹੀਂ ਹੈ जे स्कूल छोटा है मान लो प्राइमरी है तो उन्होंने एलीमेंट्री करवा उन्होंने मिडल करवा अपग्रेड करवा यह भी पंचायत के कामों काम है पंचायत जिहड़ी है जदों एजुकेशन पंचायत ने पहला वह काम जिहड़ा है
ਲੋਕਾਂ ਨੂੰ ਐਜੂਕੇਟ ਕਰਨਾ ਪੰਚਾਇਤ ਦਾ ਕੰਮ ਐਜੂਕੇਟ ਕਰਨਾ ਜ਼ਰੂਰੀ ਆ ਪੰਚਾਇਤ ਲਈ ਜੇ ਸਕੂਲ ਚੱਲਦਾ ਸਕੂਲ ਦੇ ਵਿੱਚ ਜਾ ਕੇ ਟੀਚਰ ਕਿੰਨੇ ਆ ਉਹ ਪੰਚਾਇਤ ਦਾ ਕੰਮ ਦੇਖਣਾ ਟੀਚਰ ਕੰਮ ਸਹੀ ਕਰਦੇ ਆ ਉਹ ਵੀ ਕੰਮ ਪੰਚਾਇਤ ਦਾ ਜੇ ਟੀਚਰ ਘੱਟ ਆ ਤਾਂ ਉਹ ਪੰਚਾਇਤ ਨੇ ਉਹਨਾਂ ਟੀਚਰਾਂ ਤੋਂ ਕਿੰਨੇ ਘੱਟ ਆ ਤੇ ਕਿੰਨੇ ਚਾਹੀਦੇ ਇਹਦਾ ਪਲਾਨ ਬਣਾ ਕੇ ਆਪਣੇ ਉੱਪਰ ਐਜੂਕੇਸ਼ਨ ਡਿਪਾਰਟਮੈਂਟ ਨੂੰ ਭੇਜਣਾ ਜਿਹੜਾ ਸੰਬੰਧਿਤ ਡਿਪਾਰਟਮੈਂਟ ਵਿਭਾਗ ਹੁੰਦਾ ਉਹ ਭੇਜਣਾ ਇਹ ਪੰਚਾਇਤ ਦਾ ਕੰਮ ਹੈ ਜੇ ਸਕੂਲ ਛੋਟਾ ਹੈ ਪ੍ਰਾਇਮਰੀ ਆ ਤਾਂ ਬੱਚਿਆਂ ਨੂੰ ਪਿੰਡ ਦੇ ਵਾਸੀਆਂ ਦੇ ਬੱਚਿਆਂ ਨੂੰ ਜਿਹੜੇ ਹਾਇਰ ਐਜੂਕੇਸ਼ਨ ਲੈਣ ਲਈ ਦੂਰ ਜਾਣਾ ਪੈਂਦਾ ਦੂਸਰੇ ਪਿੰਡ ਜਾਣਾ ਪੈਂਦਾ ਤਾਂ ਮਿਡਲ ਉਹ ਵੀ ਉਹ ਪੰਚਾਇਤ ਮੰਗ ਸਕਦੀ ਹੈ ਸਰਕਾਰ ਤੋਂ ਵੀ ਸਾਡੇ ਪਿੰਡ ਦਾ ਸਕੂਲ ਪ੍ਰਾਇਮਰੀ ਨੂੰ ਮਿਡਲ ਕੀਤਾ ਮਿਡਲ ਤੋਂ ਹਾਈ ਵੀ ਮੰਗ ਸਕਦੀ ਅਗਰ ਹਾਈ ਹੈ ਤਾਂ ਥੋੜਾ ਦੂਰ ਫਰਕ ਹੈ ਤਾਂ ਉਹਦੇ ਲਈ ਉਹ 3+2 ਹਾਇਰ ਸੈਕੰਡਰੀ ਵੀ ਮੰਗ ਸਕਦੀ ਵੀ ਪੰਚਾਇਤ ਦਾ ਕੰਮ ਹੈ ਫਿਰ ਜਿਹੜੇ ਗਰੀਬ ਲੋਕ ਹੈ ਪਿੰਡ ਦੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਵੀ ਰਹਿ ਰਹੇ ਕਈ ਹੋਰ ਵੀ ਜਿਹੜੇ ਥੱਲੇ ਜਾ ਰਹੇ ਨੇ ਉਹਨਾਂ ਨੂੰ ਉੱਚਾ ਚੁੱਕਣ ਦੇ ਲਈ ਪੰਚਾਇਤ ਜਿੱਦਾਂ ਪਹਿਲਾਂ ਵੀ ਬੋਲਿਆ ਕਿੰਨੇ ਫੰਕਸ਼ਨ ਬੋਲੇ ਆ ਉਹਨਾਂ ਦੇ ਵਿੱਚ ਉਹਨੂੰ ਦਿਹਾੜੀ ਦੇ ਸਕਦੀ ਕੰਮ ਦਿੱਤਾ ਜਾ ਸਕਦਾ ਤੇ ਦੂਸਰੀ ਗੱਲ ਜਿੱਦਾਂ ਪਿੰਡ ਦੇ ਵਿੱਚ ਬਿਜਲੀ ਦੀ ਪ੍ਰੋਬਲਮ ਹੈ ਹੁਣ ਤਾਂ ਵੈਸੇ ਸਰਕਾਰ ਨੇ ਕਾਫੀ ਕਰ ਦਿੰਦਾ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਆਪਣਾ ਆਪਣਾ ਚੋਣ ਮੈਨੀਫੈਸਟੋ ਹੁੰਦਾ ਹੀ ਆ ਸਾਰਿਆਂ ਦਾ ਵੀ ਅਸੀਂ ਇੰਨੀ ਬਿਜਲੀ ਫ੍ਰੀ ਕਰਾਂਗੇ ਪਰ ਫਿਰ ਵੀ ਅਗਰ ਨਹੀਂ ਕੋਈ ਹੈ ਤਾਂ ਪੰਚਾਇਤ ਵੀ ਪ੍ਰੋਗਰਾਮ ਬਣਾ ਕੇ ਵੀ ਸਾਡੇ ਪਿੰਡ ਚ ਇੰਨੇ ਬੰਦੇ ਗਰੀਬੀ ਰੇਖਾ ਤੋਂ ਥੱਲੇ ਉਹਨਾਂ ਦੇ ਕੋਲ ਆਪਣਾ ਗੁਜ਼ਾਰਾ ਨਹੀਂ ਹੋ ਰਿਹਾ ਤਾਂ ਇਹਨਾਂ ਨੂੰ ਬਿਜਲੀ ਦੇ ਵਿੱਚ ਰਿਆਇਤ ਦਿੱਤੀ ਜਾਵੇ ਇਹ ਵੀ ਰੂਰਲ ਇਲੈਕਟ੍ਰੀਸ਼ਨ ਜਿਹੜੀ ਹੈ ਕੰਟਰੀਬਿਊਸ਼ਨ ਉਹ ਵੀ ਪੰਚਾਇਤ ਦੇ ਕੰਮਾਂ 'ਚ ਆਉਂਦਾ ਉਹਦੀ ਡਿਊਟੀਜ਼ ਦੇ ਵਿੱਚ ਜੇ ਕੋਈ ਪੁੱਛੇ ਪੰਚਾਇਤ ਨੂੰ ਵੀ ਮੇਰੇ ਘਰ ਬਿਜਲੀ ਨਹੀਂ ਆਉਂਦੀ ਤੇ ਬਿਜਲੀ ਦਾ ਹੋਵੇ ਤਾਂ ਪੰਚਾਇਤ ਪਾਬੰਦ ਹੈ ਅੱਛਾ ਹਾਂ ਪੰਚਾਇਤ ਕਹਿ ਨਹੀਂ ਸਕਦੀ ਵੀ ਨਹੀਂ ਭਾਈ ਮੈਂ ਅਸੀਂ ਨਹੀਂ ਤਾਂ ਬਿਜਲੀ ਵਾਲੇ ਲਿਆਉਣਗੇ ਨਾ ਪੰਚਾਇਤ ਜੇ ਕੋਈ ਵੀ ਵਿਅਕਤੀ ਜਿਹੜਾ ਬਿਜਲੀ ਤੋਂ ਬਿਨਾਂ ਰਹਿੰਦਾ ਆਪਣੇ ਪਿੰਡ ਦੇ ਵਿੱਚ ਜਿਹਦੇ ਘਰ ਦੇ ਵਿੱਚ ਬਿਜਲੀ ਨਹੀਂ ਜਗਦੀ ਉਹ ਪੰਚਾਇਤ ਨੂੰ ਕਹਿ ਜਾ ਸਕਦਾ ਵੀ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਮੈਂ ਗਰੀਬ ਹੈ ਮੇਰੇ ਕੋਲ ਆਮਦਨ ਦੇ ਸਾਧਨ ਨਹੀਂ ਹੈ ਇੱਕ ਤਾਂ ਮੈਨੂੰ ਆਮਦਨ ਦੇ ਸਾਧਨ ਦਿਓ ਮੈਨੂੰ ਕੰਮ ਦਿਓ ਵੀ ਜੇ ਮੇਰੇ ਘਰ ਦੇ ਵਿੱਚ ਬਿਜਲੀ ਚਲਾਓ ਤਾਂ ਪੰਚਾਇਤ ਪਾਬੰਦ ਹੈ ਉਹਦੇ ਲਈ ਲਿਖ ਕੇ ਦੇਣਾ ਉਹਦਾ ਕੰਮ ਆ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਵੀ ਮੇਰੀ ਕੀ ਜ਼ਿੰਮੇਵਾਰੀ ਆ ਮੈਂ ਪੰਚਾਇਤ ਤੋਂ ਕੀ ਕੀ ਲੈ ਸਕਦਾ ਤਾਂ ਪੰਚਾਇਤ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਵੀ ਮੇਰੀ ਕੀ ਜ਼ਿੰਮੇਵਾਰੀ ਹੈ ਬਿਲਕੁਲ ਐਵੇਂ ਨਹੀਂ ਪੰਚਾਇਤਾਂ ਜਿਹੜੀਆਂ ਉਹ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਐਵੇਂ ਕਿਸੇ ਕਹੇ ਕਹਾਏ ਜਾਂ ਆਪ ਠੋਲੇਬਾਜ਼ੀ ਜਾਂ ਕਿਸੇ ਦੇ ਵਿਰੋਧ ਕਰਕੇ ਜਾਂ ਕਿਸੇ ਪਾਰਟੀਬਾਜ਼ੀ ਨੂੰ ਲੈ ਕੇ ਪੰਚ ਸਰਪੰਚ ਬਣਨ ਦੀ ਲੋੜ ਹੈ ਮੈਨੂੰ ਤਾਂ ਇਹ ਅੰਦਾਜ਼ਾ ਲੱਗਦਾ ਤੇ ਜੇਕਰ ਤੁਸੀਂ ਜ਼ਿੰਮੇਵਾਰੀ ਨਿਭਾ ਸਕਦੇ ਹੋ ਇਸ਼ਕ ਹੋ ਬਣਨਾ ਵੀ ਚਾਹੀਦਾ ਵਿਕਾਸ ਕਰਨਾ ਵੀ ਚਾਹੀਦਾ ਸਮਾਜ ਦੇ ਵਿੱਚ ਤੇ ਆਪਣੇ ਦੇਸ਼ ਦੇ ਵਿੱਚ ਤਬਦੀਲੀ ਏਦਾਂ ਹੀ ਆਉਂਦੀ ਹੈ ਮੈਨੂੰ ਆਸ ਹੈ ਕਿ ਤੁਸੀਂ ਬਹੁਤ ਬਰੀਕੀ ਦੇ ਨਾਲ ਵਕੀਲ ਸਾਹਿਬ ਉਹਨਾਂ ਦੀ ਗੱਲ ਸੁਣਦੇ ਹੋਗੇ ਕੀ ਹੋਰ ਜਾਣਕਾਰੀ ਦੇਣਾ ਚਾਹੋਗੇ ਹੋਰ ਇਹ ਪੰਚਾਇਤ ਕੋਲ ਬਹੁਤ ਸਾਰੇ ਆਪਣੇ ਉਹਦੇ ਪਾਵਰਸ ਹੈਗੀਆਂ ਜਿੱਦਾਂ ਕਲਚਰ ਪ੍ਰੋਗਰਾਮ ਹੈ ਪਿੰਡ ਦੇ ਵਿੱਚ ਜੀ 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 ਕਿਸੇ ਵੀ ਦੇਸ਼ ਭਗਤ ਦੇ ਪ੍ਰੋਗਰਾਮ ਪੇਸ਼ ਕਰਨੇ ਕੋਈ ਜਿੱਦਾਂ ਕਿ ਮੰਨ ਲਓ ਅਸੀਂ ਮੰਨ ਲਈਏ ਸਾਡੇ ਮਹਾਨ ਸ਼ਖਸੀਅਤਾਂ ਉਹਨਾਂ ਦੇ ਸੰਬੰਧ ਜੀਵਨ ਨੂੰ ਸੰਬੰਧਿਤ ਅਸੀਂ ਪ੍ਰੋਗਰਾਮ ਪੇਸ਼ ਕਰਨੇ ਆ ਉਹਦੇ ਵਿੱਚ ਵੀ ਪੰਚਾਇਤ ਕੀ ਫੰਡ ਖਰਚਿਆ ਜਾ ਸਕਦਾ ਹਾਂ ਪੰਚਾਇਤ ਕੋਲ ਮੰਗ ਕਰ ਸਕਦੇ ਆ ਅਸੀਂ ਵੀ ਸਾਡੇ ਪਿੰਡ ਦੇ ਵਿੱਚ ਆਹ ਪ੍ਰੋਗਰਾਮ ਨਹੀਂ ਹੋ ਰਿਹਾ ਅਸੀਂ ਕਰਨਾ ਚਾਹੁੰਦੇ ਤੁਸੀਂ ਸਾਡਾ ਸਹਿਯੋਗ ਦਿਓ ਪੰਚਾਇਤ ਵਾਲੇ ਨੂੰ ਕਰਾਉਣਾ ਪਏਗਾ ਪੰਚਾਇਤ ਆਪਣੇ ਆਪ ਹੀ ਕਰ ਸਕਦੀ ਮੰਨ ਲਓ ਹੁਣ ਹੁਣੇ ਥੋੜੇ ਦਿਨ ਹੋਏ ਆ ਕੱਲ ਹੀ ਸੀਗਾ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਨ ਸੀ ਵਿਸਾਖੀ ਦਾ ਤਿਉਹਾਰ ਸੀ ਪੰਚਾਇਤ ਜੇ ਚਾਹੇ ਆਪਣੇ ਲੈਵਲ ਤੇ ਪਿੰਡ ਦੇ ਵਿੱਚ ਕਿਸੇ ਵੀ ਮਹਾਂਪੁਰਸ਼ ਦਾ ਜਨਮ ਦਿਨ ਸ਼ਹੀਦੀ ਦਿਨ ਪਿੰਡ ਪੰਚਾਇਤ ਆਪਣੇ ਤੌਰ ਤੇ ਮਨਾ ਸਕਦੀ ਹੈ ਕਿਉਂਕਿ ਅਸੀਂ ਵੀ ਜਦੋਂ ਕਿਤੇ ਮਨਾਉਂਦੇ ਕਿਸੇ ਵੀ ਪਿੰਡ ਤੁਸੀਂ ਵੀ ਜਾਂਦੇ ਆ ਜਦੋਂ ਕੋਈ ਮਨਾਉਂਦੇ ਪਹਿਲਾਂ ਪੰਚਾਇਤ ਨੂੰ ਇਨਵਾਈਟ ਕੀਤਾ ਜਾਂਦਾ ਉਹ ਪੰਚਾਇਤੀ ਪਤਾ ਕੀ ਸਮਝਦੇ ਆ ਅਸੀਂ ਸਰਪੰਚ ਆ ਅਸੀਂ ਪੰਚ ਆ ਕੁਰਸੀਆਂ ਤੇ ਬਹਿਣਾ ਪਰ ਕੁਰਸੀਆਂ ਤੇ ਨੀ ਤੁਹਾਡੇ ਕੋਲ ਵੀ ਆਪਣੀ ਪਾਵਰ ਹੈ ਸਰਪੰਚ ਸਾਹਿਬ ਜੇ ਤੁਸੀਂ ਸੁਣਦੇ ਕੋਈ ਵੀ ਤੁਹਾਡੇ ਕੋਲ ਆਪਣੀ ਵੀ ਪਾਵਰ ਹੈ ਤੁਸੀਂ ਪਿੰਡ ਨੂੰ ਖੇਰੂ ਖੇਰੂ ਹੋਣ ਤੋਂ ਬਚਾਉਣ ਦੇ ਲਈ ਬਿਲਕੁਲ ਪਿੰਡ ਨੂੰ ਇਕੱਲੇ ਇਕੱਲੇ ਹੋਣ ਤੋਂ ਬਚਾਉਣ ਦੇ ਲਈ ਇਕੱਠ ਰੱਖਣ ਦੇ ਲਈ ਸਾਰੇ ਧਰਮਾਂ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਇੱਕ ਵੀ ਕਰ ਸਕਦੇ ਪਿੰਡ ਵਿੱਚ ਇਹ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਆ ਫਿਰ ਮੰਨ ਲਓ ਹੁਣ ਪਬਲਿਕ ਜਿਹੜੀ ਹੈਲਥ ਹੈਗੀ ਆ ਜਿਹੜਾ ਤੁਸੀਂ ਪੁੱਛਿਆ ਸੀ ਸਵਾਲ ਵੀ ਇਹਦਾ ਕੀ ਗਰੀਬ ਹੈ ਬਿਮਾਰ ਗਰੀਬ ਬਿਮਾਰ ਹੈ ਉਹਦਾ ਇਲਾਜ ਪਿੰਡਾਂ ਵਿੱਚ ਡਿਸਪੈਂਸਰੀਆਂ ਦਾ ਪ੍ਰਬੰਧ ਹੋ ਸਕਦਾ ਪੰਚਾਇਤ ਲਿਖ ਕੇ ਤਾਂ ਦੇਵੇ ਡਿਸਪੈਂਸਰੀ ਆ ਸਕਦੀ ਹੈ ਫ੍ਰੀ ਡਾਕਟਰ ਆ ਸਕਦੇ ਆ ਕਈ ਵਾਰੀ ਪਿੰਡ ਦੇ ਕੋਈ ਇੱਦਾਂ ਦੇ ਵਧੀਆ ਐਜੂਕੇਟਡ ਪਰਸਨ ਵੀ ਹੁੰਦੇ ਨੇ ਜਿਹੜੇ ਪੜ੍ਹੇ ਲਿਖੇ ਹੁੰਦੇ ਨੇ ਉਹ ਕੋਈ ਡਾਕਟਰ ਵੀ ਹੁੰਦਾ ਉਹ ਆਪਣੀਆਂ ਸੇਵਾਵਾਂ ਪਿੰਡ 'ਚ ਫ੍ਰੀ ਦੇ ਸਕਦਾ ਪੰਚਾਇਤ ਉਹਨੂੰ ਕਹਿ ਸਕਦੇ ਆ ਵੀ ਤੁਸੀਂ ਆਪਣੀਆਂ ਸੇਵਾਵਾਂ ਵੀ ਪਿੰਡ ਵਾਸੀਆਂ ਨੂੰ ਫ੍ਰੀ ਦਿਓ ਦੇਊਗਾ
हाँ पंचायत पर उन्हें थोड़ी बहुत मेहनत ना जरूर दे जे पंचायत दे कोल कोई जमीन दा किराए दी दुकाना दा कोई तलाब दा जां कोई एदां दी आमदन दा साधन है तो उहदे विचों तनखा भी दे सकदे हां क्योंकि पंचायत भी कह सकती है पंचायत दा ओह प्रॉपर्टी बनी पई है जिवें कि कई बने होंदे आ बिल्कुल कम्युनिटी हाल बनिया तुसीं ओह पिंड दे विच कोई डॉक्टर है ਜਾਂ ਅਸੀਂ ਬਾਹਰੋਂ ਡਾਕਟਰ ਲਿਆਉਣਾ ਉਹਦੇ ਲਈ ਜਿਹੜਾ ਬਾਹਰੋਂ ਵੀ ਡਾਕਟਰ ਲਿਆਉਂਦਾ ਕੋਈ ਡਿਸਪੈਂਸਰੀ ਚੋਂ ਲਿਆਉਂਦਾ ਕੋਈ ਆਪਣੇ ਐਡਹੋਕ ਤੋਂ ਆਉਂਦਾ ਕੋਈ ਵੀ ਡਾਕਟਰ ਆਉਂਦਾ ਉਹਨੂੰ ਅਸੀਂ ਬੈਠਣ ਲਈ ਜਗ੍ਹਾ ਵੀ ਦੇਣੀ ਹੁੰਦੀ ਫਿਰ ਪੰਚਾਇਤ ਕੋਲ ਆਪਣੀ ਪ੍ਰੋਪਰਟੀ ਹੁੰਦੀ ਕਿਤੇ ਨਾ ਕਿਤੇ ਉਹਨੂੰ ਬਹਿਣ ਲਈ ਜਗ੍ਹਾ ਦਿੰਦੇ ਫਿਰ ਉਹਦੇ ਤੇ ਉਹਦਾ ਅਨਾਊਂਸਮੈਂਟ ਕੀਤੀ ਜਾਂਦੀ ਵੀ ਸਾਡੇ ਪਿੰਡ 'ਚ ਡਾਕਟਰ ਆ ਫ੍ਰੀ ਇਲਾਜ ਕਰੂਗਾ ਫ੍ਰੀ ਦੇਖੂਗਾ ਉਹ ਵੀ ਸੇਵਾਵਾਂ ਆ ਪੰਚਾਇਤ ਦੀਆਂ ਸੇਵਾਵਾਂ ਆਮ ਪਬਲਿਕ ਨੂੰ ਉਹਦਾ ਬੈਨੀਫਿਟ ਜਾਂਦਾ ਤੇ ਇਹ ਬਹੁਤ ਬਰੀਕੀ ਦੇ ਨਾਲ ਅੱਜ ਜ਼ਿੰਮੇਵਾਰੀ ਜਿਹੜੀ ਪੰਚਾਇਤਾਂ ਦੀ ਉਹ ਜਾਣਕਾਰੀ ਦਿੱਤੀ ਹੈ ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਵਕੀਲ ਸਾਹਿਬ ਅਗਲੇ ਪ੍ਰੋਗਰਾਮ ਦੇ ਵਿੱਚ ਦੱਸੋਗੇ ਜਾਂ ਅੱਜ ਹੀ ਦੱਸੋਗੇ ਕਿ ਪੰਚਾਇਤ ਇੱਕ ਮਿੰਨੀ ਜਿਹੜੀ ਉਹ ਅਦਾਲਤ ਵੀ ਹੁੰਦੀ ਜੁਡੀਸ਼ੀਅਲ ਪਾਵਰ ਵੀ ਹੁੰਦੀ ਹੈ ਨਹੀਂ ਦੇਖੋ ਇਹ ਬਹੁਤ ਵੱਡਾ ਪਾਵਰ ਹੈ ਇਹ ਇੱਕ ਜਿੱਦਾਂ ਕਿ ਅਦਾਲਤ ਹੈ ਅਸੀਂ ਅਦਾਲਤਾਂ ਵਿੱਚ ਰਹਿੰਦੇ ਹਾਂ ਮਿੰਨੀ ਅਦਾਲਤ ਹੈ ਇਹ ਜਿਹੜੀ ਪੰਚਾਇਤ ਇੱਕ ਮਿੰਨੀ ਅਦਾਲਤ ਹੈ ਜਿੱਦਾਂ ਕਿ ਅਸੀਂ ਹਾਈਕੋਰਟ ਵਿੱਚ ਜਾ ਕੇ ਬਹਿੰਦੇ ਹਾਂ ਤਾਂ ਸੁਣਦੇ ਹੋਵੋਗੇ ਡਬਲ ਬੈਂਚ ਸਿੰਗਲ ਬੈਂਚ ਦਾ ਫੈਸਲਾ ਆ ਗਿਆ ਡਬਲ ਬੈਂਚ ਦਾ ਫੈਸਲਾ ਆ ਗਿਆ ਟ੍ਰਿਪਲ ਬੈਂਚ ਦਾ ਫੈਸਲਾ ਆ ਗਿਆ ਜਿੱਥੇ ਤਿੰਨ ਜਸਟਿਸ ਬੈਠੇ ਹੋਣ ਉਹ ਤਿੰਨ ਟ੍ਰਿਪਲ ਦਾ ਆ ਗਿਆ ਡਬਲ ਬੈਂਚ ਦੋ ਜਸਟਿਸ ਬੈਠੇ ਹੋਣ ਉਹਦਾ ਫੈਸਲਾ ਇਸੇ ਤਰ੍ਹਾਂ ਜਿਹੜੇ ਪਿੰਡ ਦੇ ਪੰਚ ਹੁੰਦੇ ਆ ਤੇ ਇੱਕ ਸਰਪੰਚ ਮਿਲ ਕੇ ਬੈਠ ਕੇ ਉਹਨਾਂ ਕੋਲ ਇੱਕ ਜੁਡੀਸ਼ੀਅਲ ਪਾਵਰਾਂ ਵੀ ਹੁੰਦੀਆਂ ਉਹਦਾ ਜਿਹੜਾ ਵੇਰਵਾ ਆ ਪੰਜਾਬ ਪੰਚਾਇਤੀ ਰਾਜ ਐਕਟ ਦੀ ਧਾਰਾ 44 ਵਿੱਚ ਉਹਦਾ ਦਿੱਤਾ ਗਿਆ ਉਹ ਅਸੀਂ ਨੈਕਸਟ ਮੈਂ ਦੱਸਾਂਗਾ ਪਰ ਇੱਥੇ ਜਿਹੜਾ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਪੰਚਾਇਤ ਦੇ ਕੀ ਕੰਮ ਹੈ ਕੀ ਡਿਊਟੀਆਂ ਦੱਸਣ ਦੀ ਹੈ ਜੇ ਕੋਈ ਹੋਰ ਰਹਿ ਵੀ ਗਈਆਂ ਵੈਸੇ ਤਾਂ ਬੱਚਿਆਂ ਦਾ ਜਿਹੜਾ ਪਿੰਡ ਦੇ ਵਿੱਚ ਵੂਮੈਨਸ ਹੈਗੀ ਆ ਚਾਈਲਡ ਡਿਵੈਲਪਮੈਂਟ ਹੈਗੀ ਆ ਰੂਰਲ ਡਿਵੈਲਪਮੈਂਟ ਹੈਗੀ ਆ ਮਿਨੀਮਮ ਬੇਸਿਸ ਹੈਗੀ ਇਹ ਮਤਲਬ ਪੂਰੇ ਪੰਚਾਇਤ ਦੇ ਫੰਕਸ਼ਨ ਹੁੰਦੇ ਆ ਮੈਂ ਆਸ ਰੱਖਦਾ ਕਿ ਮੇਰੀ ਇਸ ਜਿਹੜੀ ਕਿ ਮੈਂ ਜਾਣਕਾਰੀ ਦਿੱਤੀ ਆ ਇਹਦਾ ਸਾਡੇ ਸਰੋਤੇ ਭਰਪੂਰ ਫਾਇਦਾ ਉਠਾਉਣਗੇ ਬਿਲਕੁਲ ਜੀ ਪੰਚਾਇਤ ਇੱਕ ਮਿੰਨੀ ਅਦਾਲਤ ਹੁੰਦੀ ਹੈ ਜੇ ਅਦਾਲਤ ਦੀਆਂ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਤੇ ਉਹ ਤੋਂ ਅੰਦਾਜ਼ਾ ਲਾਈਏ ਕਿ ਪੰਚਾਇਤ ਦੀਆਂ ਵੀ ਉਹ ਜ਼ਿੰਮੇਵਾਰੀਆਂ ਹੋਣਗੀਆਂ ਆਪਾਂ ਮੈਂ ਫਿਰ ਦੁਹਰਾਵਾਂ ਕਿ ਵੈਰ ਵਿਰੋਧ ਤੋਂ ਉੱਪਰ ਉੱਠ ਕੇ ਜਾਤਾਂ ਧਰਮਾਂ ਤੋਂ ਉੱਤੇ ਉੱਪਰ ਉੱਠ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਪੰਚਾਇਤਾਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਲੈਣ ਦੀ ਲੋੜ ਹੈ ਤਦੇ ਹੀ ਪਿੰਡਾਂ ਦਾ ਪੰਜਾਬ ਦਾ ਸਾਡੇ ਦੇਸ਼ ਦਾ ਵਿਕਾਸ ਹੋਏਗਾ ਆਓ ਆਪਾਂ ਰਲ ਮਿਲ ਕੇ ਸਾਰੇ ਇਹ ਕਰਨ ਦੇ ਯਤਨ ਕੋਸ਼ਿਸ਼ ਕਰੀਏ ਫਿਰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਆਪਾਂ ਇਹ ਇਲੈਕਸ਼ਨਾਂ ਲੜੀਏ ਕਿਉਂਕਿ ਬਿਲਕੁਲ ਚੋਣਾਂ ਨੇੜੇ ਨੇ ਸਾਰਿਆਂ ਨੇ ਆਪਣੀ ਆਪਣੀਆਂ ਫਾਈਲਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਆਪਣੇ ਮੂਡ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਨੇ ਵੀ ਐਤਕੀ ਤੈਂ ਜਿੱਤਣਾ ਤੈਂ ਹਾਰਨਾ ਕੱਲਾ ਸ਼ਾਮ ਦੀ ਉਹ ਗਲਾਸੀ ਫੰਕਸ਼ਨ ਤੋਂ ਦੂਰ ਰਹਿ ਕੇ ਉਹਦੇ ਵਿੱਚ ਨਾ ਹੀ ਫੈਸਲੇ ਲਿਓ ਤੇ ਮੈਨੂੰ ਆਸ ਹੈ ਕਿ ਆਪਾਂ ਪੰਜਾਬ ਦੀ ਬਿਹਤਰੀ ਲਈ ਬਹੁਤ ਕੁਝ ਕਰ ਸਕਦੇ ਹਾਂ ਵਕੀਲ ਸਾਹਿਬ ਅਸੀਂ ਆਸ ਕਰਾਂਗੇ ਕਿ ਅਗਲੇ ਐਪੀਸੋਡ ਦੇ ਵਿੱਚ ਤੁਸੀਂ ਜਾਣਕਾਰੀ ਦਿਓਗੇ ਕਿ ਪੰਚਾਇਤ ਇੱਕ ਮਿੰਨੀ ਅਦਾਲਤ ਹੁੰਦੀ ਹੈ ਔਰ ਉਹਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਆਸ ਹੈ ਜ਼ਰੂਰ ਜੀ ਮੈਂ ਜ਼ਰੂਰ ਜਾਣਕਾਰੀ ਦਊਂਗਾ ਪਰ ਅੱਜ ਲਈ ਤਾਂ ਇੰਨਾ ਕਾਫੀ ਹੈ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੰਦੇ ਹੋ ਗਿਆਨ ਜ਼ਰੂਰ ਹਾਸਲ ਕਰਿਓ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਅਵੇਅਰ ਜ਼ਰੂਰ ਹੋਇਓ ਇਹੀ ਸਾਡਾ ਇਹ ਐਪੀਸੋਡ ਕਰਨ ਦਾ ਮਕਸਦ ਹੈ ਤੇ ਇਹੀ ਸਾਨੂੰ ਵੀ ਫਾਇਦਾ ਹੋਏਗਾ ਤੇ ਤੁਹਾਨੂੰ ਵੀ ਫਾਇਦਾ ਹੋਗਿਆ ਆਓ ਪੰਜਾਬ ਦੀ ਬਿਹਤਰੀ ਲਈ ਬਹੁਤ ਕੁਛ ਕਰੀਏ ਆਪਾਂ ਧੰਨਵਾਦ ਜੀ।